ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ, ਕਿਵੇਂ ਹੋਵੋਗੇ? ਅਤੇ ਗੁੱਡ ਮੋਰਨਿੰਗ ਆ ਸਾਰਿਆਂ ਨੂੰ। ਸਵੇਰ ਦੇ ਵੱਜ ਚੁੱਕੇ ਆ 10, ਅਤੇ ਮੈਂ ਚੱਲਿਆ, ਥੋੜ੍ਹਾ ਜਿਹਾ ਕੰਮ ਆ ਮੈਨੂੰ, ਅਤੇ ਲਵਪ੍ਰੀਤ ਤਾਂ ਘਰ ਹੀ ਨੇ ਮੇਰੇ, ਜਿਹੜੇ ਕੱਲ੍ਹ ਥੋੜ੍ਹੇ ਕੰਮ ਪੈਂਡਿੰਗ ਰਹਿ ਗਏ ਸੀ, ਮੈਂ ਉਹ ਕਰਨ ਆਇਆ ਹੋਇਆ। ਅਤੇ ਚਲੋ ਜੀ, ਬਾਕੀ ਮੈਂ ਕੰਮ ਕੁੰਮ ਨਿਬੇੜਨਾ, ਉਨਾ ਟਾਈਮ ਤੁਸੀਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ, ਅਤੇ ਤੁਹਾਨੂੰ ਫਿਰ ਮਿਲਦੇ ਹਾਂ। ਅਤੇ ਨਿਬੇੜ ਲਈਏ ਕੰਮ ਜਲਦੀ ਜਲਦੀ, ਹੋ ਜਾਈਏ ਫ੍ਰੀ, ਅਤੇ ਫਿਰ ਮਿਲਦੇ ਹਾਂ ਤੁਹਾਨੂੰ। ਹਾਂਜੀ, ਅਤੇ ਮਕਾਲੇ ਕੰਮ ਘੁੰਮ, ਅਤੇ ਨਿਕਲਿਆ ਹੁਣ ਆਪਾਂ ਬੈਂਕ 'ਚੋਂ। ਬਹੁਤ ਔਖਾ ਕੰਮ ਹੋਇਆ, 12 ਵੱਜ ਗਏ, ਸਵੇਰ ਦੀ ਰੋਟੀ ਵੀ ਨਹੀਂ ਖਾਧੀ, ਲੇਟ ਹੋ ਗਏ ਅੱਜ ਕਾਫੀ, ਭੀੜ ਵੀ ਬਹੁਤ ਜ਼ਿਆਦਾ ਸੀ ਯਾਰ। ਇੱਕ ਗੱਲ ਹੋਰ, ਅਤੇ ਯਾਰ ਲੋਕਾਂ ਨੂੰ ਨਾ ਬੋਲਣ ਦਾ ਨਹੀਂ ਪਤਾ ਅੱਜ ਕੱਲ੍ਹ। ਦੇਖੋ, ਨਾਲੇ ਤਾਂ ਕੰਮ ਕਰਦੇ ਨੇ, ਠੀਕ ਆ, ਨਾਲੇ ਉੱਤੇ ਜੀ ਬੋਲਦੇ ਆ। ਸਰਕਾਰ ਪੈਸੇ ਕਾਹਦੇ ਦਿੰਦੀ ਆ ਇਹਨਾਂ ਨੂੰ, ਵੀ ਹਾਂ ਕੰਮ ਕਰਨ ਦੀ ਦਿੰਦੀ ਆ, ਪਰ ਲੋਕਾਂ ਨਾਲ ਕਿੰਨੀ ਬਦਤਮੀਜ਼ ਨਾਲ ਬੋਲਦੇ ਯਾਰ, ਹੈ ਨਾ, ਦੇਖ ਕੇ ਇੱਦਾਂ ਲੱਗਦਾ। ਚਲੋ, ਮੇਰਾ ਨੰਬਰ ਤਾਂ ਫਿਰ ਵੀ ਲੱਗ ਗਿਆ ਸੀ, ਲੋਕ ਵੀ ਯਾਰ ਲੈਣ ਤੋੜ ਮੂਹਰੇ ਮੂਹਰੇ ਜਾਈ ਜਾਂਦੇ ਨੇ, ਹੈ ਨਾ, ਤਾਂ ਕਰਕੇ ਫਿਰ ਮਗਰਲੇ ਲੋਕਾਂ ਨੇ ਤਾਂ ਬੋਲਣਾ ਹੀ ਆ। ਫਿਰ ਉੱਤੇ ਜੀ ਉਹ ਸਿਰ ਚੜ੍ਹੀ ਜਾਂਦੇ ਨੇ ਕੰਮ ਕਰਨ ਵਾਲੇ। ਅਤੇ ਚਲੋ ਯਾਰ, ਇੱਥੇ ਤਾਂ ਪੰਜਾਬ ਇੰਡੀਆ 'ਚ ਤਾਂ ਆਹੀ ਕੁਛ ਰਹਿਣਾ, ਹੈ ਨਾ, ਬਸ ਕੀ ਕੀਤਾ ਜਾਵੇ। ਬਾਕੀ ਟਾਈਮ 11:52 ਹੋ ਗਿਆ, ਅਤੇ ਚੱਲੀਏ ਹੁਣ ਆਪਾਂ ਘਰ ਨੂੰ, ਨਾ ਲੇਟ ਹੁੰਦੇ ਹੋਏ। ਲਵਪ੍ਰੀਤ ਦੇ ਵੀ ਕਈ ਫੋਨ ਆ ਗਏ, ਆ ਜਾਓ ਆ ਜਾਓ ਆ ਜਾਓ, ਹੁਣ ਕੰਮ ਤਾਂ ਕਰਾ ਕੇ ਆਉਣਾ ਸੀ। ਅਤੇ ਚਲੋ ਜੀ, ਚੱਲੀਏ, ਨਾ ਜ਼ਿਆਦਾ ਲੇਟ ਹੁੰਦੇ ਹੋਏ, ਮਿਲਦੇ ਹਾਂ ਫਿਰ ਘਰ ਜਾ ਕੇ। ਲਓ ਜੀ, ਆਪਾਂ ਪਹੁੰਚ ਗਏ ਘਰੇ, ਅਤੇ ਟਾਈਮ ਹੋ ਕਿੰਨਾ ਹੋ ਚੁੱਕਿਆ ਲਵਪ੍ਰੀਤ? ਸਾਡੀ ਸਵੇਰ ਦੁਪਹਿਰ ਦੀ ਰੋਟੀ ਇਕੱਠੀ ਰੋਜ਼ ਹੀ ਹੁੰਦੀ ਆ, ਠੀਕ ਆ, ਸਵੇਰ ਦੁਪਹਿਰ ਇਕੱਠੇ ਰੋਟੀ ਖਾਂਦੇ ਹਾਂ ਅਸੀਂ। ਅੱਜ ਥੋੜੀ ਜ਼ਿਆਦਾ ਲੇਟ ਹੋ ਗਏ, ਅੱਜ ਕੱਪੜੇ ਵੀ ਬਹੁਤ ਸੀਗੇ ਧੋਣ ਵਾਲੇ, ਕਿਉਂਕਿ ਫਿਰ ਅਸੀਂ ਕੱਲ ਨੂੰ ਕਿਤੇ ਜਾਣਾ। ਠੀਕ ਹੈ, ਉਹ ਸਰਪ੍ਰਾਈਜ਼ ਕਿੱਥੇ ਜਾਣਾ? ਸਹੀ ਬਾਤ ਹੈ, ਕਿੱਥੇ ਜਾਣਾ? ਬਤਾਏਂਗੇ, ਪੈਕਿੰਗ ਕਰਾਂਗੇ, ਤੁਹਾਨੂੰ ਦਿਖਾਵਾਂਗੇ ਵੀ ਅਸੀਂ ਕਿੱਥੇ ਜਾ ਰਹੇ ਹਾਂ। ਕਿੱਥੇ ਜਾ ਰਹੇ ਹਾਂ, ਹਾਂ, ਪੈਕਿੰਗ ਵੀ ਕਰਨੀ, ਹਲੇ ਬਹੁਤ ਕੁਝ ਪੈਂਡਿੰਗ ਪਿਆ, ਹੈ ਨਾ, ਕਰਨਾ ਬਹੁਤ ਕੁਛ ਆ ਯਾਰ, ਬਸ ਕੀ ਕੀਤਾ ਜਾਵੇ। ਅਨਲਪਿਤ ਕੋਲੇ ਤੇ ਚਲੋ ਜੀ, ਉਹਨਾਂ ਟਾਈਮ ਹਲੇ ਬਣਦੀ ਆ ਰੋਟੀ, ਤੇ ਮੈਂ ਧੁੱਪ ਸੇਕ ਲਾਂ ਦਿਮਾਗ ਨੂੰ, ਧੁੱਪ ਤੱਪ ਲਵਾ ਲਾਂ, ਥੋੜੀ ਮੋਟੀ ਖੁੱਲ ਜੂਗਾ। ਲਵਪ੍ਰੀਤ ਮੈਨੂੰ ਗੱਲ ਕਹੀ, ਕਹਿੰਦੀ ਦਿਮਾਗ ਨੂੰ ਧੁੱਪ ਤੱਪ ਲਵਾ ਲਓ, ਤੇ ਮੈਂ ਲਵਾਉਣਾ ਧੁੱਪ ਤੱਪ, ਤੇ ਬਹਿਣਾ ਜਾ ਕੇ, ਧੁੱਪੇ ਬਹਿਣੇ ਆ, ਧੁੱਪੇ ਬਹਿਣੇ ਆ। ਤੇ ਚਲੋ ਜੀ, ਚੱਲੀਏ। ਇੱਧਰ ਸਾਡੀ ਬੈਠੀ ਆ ਜਿੰਮੀ ਮੂਹਰੇ, ਠੀਕ ਹੈ, ਹੈ ਜਿੰਮੀ, ਹੈਲੋ, ਕੈਸੇ ਹੋ? ਠੀਕ ਹੋ? ਅੱਛਾ, ਉੱਧਰ ਸਾਡੀ ਉਹ ਬੈਠੀ ਹੈ ਰੋਮੂ। ਓਏ ਰੋਮੂ, ਕਿਵੇਂ ਫਿਰ? ਇਹਨੂੰ ਬਾਹਰ ਨਹੀਂ ਕੱਢਣਾ ਕਿਉਂਕਿ ਕੱਲ੍ਹ ਨਵਾਈ ਸੀਗੀ। ਅਤੇ ਇੱਧਰ ਸਾਡੀ ਮਿੱਕੀ ਤਾਂ ਇੱਥੇ ਬੈਠੀ ਹੁੰਦੀ ਆ, ਮਿੱਕੂ ਸੇ ਹੈਲੋ, ਦੇਖੋ ਦਿਖਾਉਂਦੀ ਆ ਨਾ ਦੰਦ। ਓਏ ਪਾਉਣਾ ਇੱਕ ਮਿੰਟ, ਮੋਚੋ ਮੈਂ ਮੋਚਾ, ਊਂ ਇਹ ਪੈਂਦੀ ਹੈ ਸਾਰਿਆਂ ਨੂੰ, ਮੈਨੂੰ ਨਹੀਂ ਕੁਛ ਕਹਿੰਦੀਆਂ ਨਾ। ਤੇ ਚਲੋ ਜੀ, ਹੁਣ ਆਪਾਂ ਧੁੱਪ ਸੇਕ ਲਈਏ, ਧੁੱਪ ਬਹੁਤ ਕੈੜੀ ਹੈ ਅੱਜ, ਅਤੇ ਲਾਪਣੇ ਸੁੱਕਣੇ ਪਾ ਤੇ ਕੱਪੜੇ, ਫਿਰ ਮਿਲਦੇ ਹਾਂ। ਤੇ ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਦੱਸਾਂਗੇ ਅਸੀਂ ਯੂਟਿਊਬ ਕਿਉਂ ਸਟਾਰਟ ਕਰੀ ਸੀਗੀ, ਮੇਨ ਰੀਜ਼ਨ ਆਫ ਯੂਟਿਊਬ ਸਟਾਰਟ ਕਰਨੇ ਕਾ। ਲੋ ਵੀ, ਰੋਟੀ ਰੋਟੀ ਖਾ ਕੇ, ਕੱਪੜੇ ਕੁੱਪੜੇ ਧੋ ਕੇ, ਤਿਆਰ ਸ਼ਿਆਰ ਹੋ ਕੇ, ਹੁਣ ਥੋੜ੍ਹੀ ਜਿਹੀ ਬਣਾਵਾਂਗੇ ਰੀਲਸ, ਉਹ ਤੋਂ ਪਹਿਲਾਂ ਪੀ ਲਈਏ ਚਾਹ। ਕੀ ਪੀ ਲਈਏ? ਚਾਹ। ਚਾਹ ਬਈ, ਚਾਹ ਦੇ ਸ਼ੌਕੀਨ ਕੌਣ ਕੌਣ ਨੇ, ਕਮੈਂਟ ਡਾਊਨ ਕਰ ਦੇ। ਟਾਈਮ 3:32, 3:32 3 ਹੋ ਗਏ, ਬਸ ਹੁਣ ਥੋੜ੍ਹੀ ਜਿਹੀ ਰੀਲਸ ਬਣਾਉਣੀਆਂ ਸੀ, ਚਾਹ ਪੀ ਕੇ ਉਹ ਬਣਾਉਂਦੇ ਹਾਂ। ਬਾਕੀ ਜਿਹੜੀ ਗੱਲ ਅੱਜ ਕਰਨੀ ਸੀ, ਜੋ ਦੱਸਣਾ ਸੀਗਾ, ਉਹ ਵੀ ਆਪਾਂ ਕਰਦੇ ਹਾਂ। ਇਹ ਤੋਂ ਬਾਅਦ ਹਮਨੇ ਕਹੀਂ ਜਾਣਾ ਹੈ, ਪੈਕਿੰਗ ਵੀ ਕਰਨੀ ਹੈ, ਗਾਜਰ ਦਾ ਹਲਵਾ ਵੀ ਬਣਾਉਣਾ ਹੈ ਵੀ ਹਮਨੇ, ਉਹ ਅਜੀ ਅੱਜ ਸਾਰਾ ਦਿਨ ਮੈਂ ਬਹੁਤ ਬਿਜ਼ੀ ਰਹੀ ਹਾਂ।
ਹਨੀ ਬਾਹਰ ਬਿਜ਼ੀ ਸੀਗੇ, ਹਨੀ ਦਾ ਕੰਮ ਬਾਹਰ ਸੀਗਾ, ਮੈਂ ਘਰੇ ਬਿਜ਼ੀ ਸੀ, ਕੱਪੜੇ ਕਾਫੀ ਜ਼ਿਆਦਾ ਹੋ ਗਏ ਸੀਗੇ, ਉੱਧਰਲਾ ਕਮਰਾ ਵੀ ਸੈੱਟ ਕਰਨਾ ਸੀਗਾ ਥੋੜ੍ਹਾ ਜਿਹਾ, ਉਹ ਵੀ ਅੱਧਾ ਹੋ ਗਿਆ, ਅੱਧਾ ਰਹਿ ਗਿਆ। ਬਾਕੀ ਹੋਰ ਕੀ ਹੋ ਗਿਆ, ਹੋਰ ਕੀ ਰਹਿ ਗਿਆ, ਕੱਪੜੇ ਤੋਂ ਬਸ ਗਾਜਰ ਦਾ ਕੰਮ ਰਹਿ ਗਿਆ। ਹੁਣ ਵੀਡੀਓ ਵੀ ਬਣਾਉਣੀ ਆ ਦੂਜੇ ਚੈਨਲ ਲਈ, ਸੋ ਸਬਸਕ੍ਰਾਈਬ ਕਰ ਲਓ, ਡਿਸਕ੍ਰਿਪਸ਼ਨ 'ਚ ਲਿੰਕ ਆ। ਪ੍ਰੀਤ ਵਲੌਗਸ 03। ਯੈਸ, ਮਿਲਦੇ ਆ ਫਿਰ ਚਾਹ ਪੀ ਕੇ। ਹਾਂਜੀ, ਸੋ ਸੈਟਅਪ ਅਸੀਂ ਕਰ ਲਿਆ, ਮੈਂ ਕਿਹਾ ਇਕੱਠੇ ਬਹਿ ਕੇ ਦੱਸਦੇ ਹਾਂ ਹੈ ਨਾ ਕੀ ਸੀਗਾ ਕੀ ਨਹੀਂ, ਕਿੱਥੋਂ ਅਸੀਂ ਸਟਾਰਟ ਕੀਤਾ ਸੀ, ਕਿਵੇਂ ਅਸੀਂ ਸਟਾਰਟ ਕੀਤਾ ਸੀ, ਕਦੋਂ ਅਸੀਂ ਸਟਾਰਟ ਕੀਤਾ ਸੀ, ਹੁਣ ਮਤਲਬ ਸਾਨੂੰ ਅਪਰੋਕਸੀਮੇਟਲੀ ਅਪਰੋਕਸੀਮੇਟਲੀ ਕਿੰਨਾ 1 ਈਅਰ ਹੋ ਗਿਆ ਹੈ ਨਾ ਯੂਟਿਊਬ ਚਲਾਉਂਦਿਆਂ ਨੂੰ। ਸੋ ਵਿੱਚ ਅਸੀਂ 2-3-4 ਮਹੀਨੇ ਅਸੀਂ ਨਵੀਂ ਵੀਡੀਓ ਅਪਲੋਡ ਕਰੀਆਂ ਨਾ ਕਰੀਆਂ ਨਹੀਂ ਸੀ ਨਾ, ਉਹ ਵੀ ਤੁਹਾਨੂੰ ਦੱਸਿਆ ਸੀ ਰੀਜ਼ਨ, ਕੱਲ੍ਹ ਹੀ ਨਹੀਂ ਅਪਲੋਡ ਕਰੀਆਂ ਸੀਗੀਆਂ ਤੁਹਾਨੂੰ। ਅੱਜ ਅਸੀਂ ਮੇਨ ਰੀਜ਼ਨ ਦੱਸਦੇ ਹਾਂ ਅਸੀਂ ਕਿਉਂ ਯੂਟਿਊਬ ਸਟਾਰਟ ਕਰੀ ਸੀ, ਤੁਹਾਨੂੰ ਵੀ ਪਤਾ, ਤੁਹਾਨੂੰ ਸਾਰੀਆਂ ਅਸੀਂ ਦੱਸਤਾ ਸੀਗਾ ਜੋ ਜੋ ਸਾਡੇ ਨਾਲ ਹੋਇਆ ਹੈ ਨਾ। ਸਟਾਰਟਿੰਗ ਸੀਗੀ ਟਿਕਟੋਕ ਤੋਂ ਹੈ ਨਾ, ਮੈਨੂੰ ਵਿਆਹ ਤੋਂ ਪਹਿਲਾਂ ਹੀ ਸ਼ੌਂਕ ਸੀਗਾ ਟਿਕਟੋਕ ਯੂਜ਼ ਕਰਨ ਦਾ, ਮੈਂ ਸਟਾਰਟਿੰਗ ਤੋਂ ਹੀ ਨਾ, ਮੈਨੂੰ ਫਿਰ ਹਨੀ ਨੇ ਜਵਾਬ ਦਿੱਤਾ, ਕਰਦੇ ਮੇਰੇ ਪੇਰੈਂਟਸ ਰੋਕਦੇ ਸੀਗੇ ਮੈਨੂੰ ਹੈ ਨਾ ਵੀ ਨਹੀਂ ਚਲਾਉਣਾ ਚੰਗਾ ਨਹੀਂ ਲੱਗਦਾ ਹੈ ਨਾ, ਬਟ ਮੈਂ ਫਿਰ ਵੀ ਨਹੀਂ ਰੁਕੀ, ਮੈਂ ਚਲਾਉਂਦੀ ਸੀਗੀ, ਬਟ ਪਹਿਲਾਂ ਮੇਰਾ ਅਕਾਊਂਟ ਪ੍ਰਾਈਵੇਟ ਸੀਗਾ ਹੈ ਨਾ, ਉਹ ਤੋਂ ਬਾਅਦ ਪਬਲਿਕ ਹੋ ਗਿਆ ਸੀਗਾ ਜਦ ਹਨੀ ਮੈਨੂੰ ਮਿਲਿਆ, ਉਹ ਤੋਂ ਬਾਅਦ ਇਹਨਾਂ ਨੇ ਵੀ ਨਹੀਂ ਮੈਨੂੰ ਰੋਕਿਆ ਕਿਉਂਕਿ ਆਹ ਖੁਦ ਸ਼ੌਕੀਨ ਸੀਗੇ ਵੀਡੀਓਜ਼ ਬਣਾਉਣ ਦੇ ਥੋੜ੍ਹੇ ਬਹੁਤੇ। ਯੈਸ, ਥੋੜ੍ਹੇ ਬਹੁਤੇ ਸੀ, ਪਰ ਜਦੋਂ ਸਾਡਾ ਵਿਆਹ ਹੋਇਆ ਫਿਰ ਇਹਨਾਂ ਨੂੰ ਵੀ ਚਾਅ ਚੜਨ ਲੱਗ ਗਿਆ ਵੀ ਹਾਂ ਮੈਂ ਵੀ ਵੀਡੀਓਜ਼ ਬਣਾਵਾਂ ਹੈ ਨਾ। ਯਾਰ ਪਹਿਲੀ ਗੱਲ, ਮੈਨੂੰ ਪਤਾ ਕਿਹੜੀ ਗੱਲ 'ਚ ਪ੍ਰੋਬਲਮ ਆਉਂਦੀ ਸੀ, ਲਿਪਸਿੰਕ ਕਰਨ 'ਚ। ਹਾਂ, ਕਦੇ ਲਿਪਸਿੰਕ ਨਹੀਂ ਕਰਦੇ ਸੀਗੇ, ਜਾਂ ਜ਼ਿਆਦਾਤਰ ਸਲੋਮੋ ਵੀਡੀਓਜ਼ ਹੈ ਨਾ, ਜਾਂ ਬਸ ਕਨਸੈਪਟ ਵੀਡੀਓਜ਼। ਜਦੋਂ ਅਸੀਂ ਮਤਲਬ VR ਮਾਲ ਪਹਿਲੀ ਵੀਡੀਓ ਬਣਾਈ ਸੀ ਹੈ ਨਾ, ਤੇ ਸਾਨੂੰ ਮਿਲੇ ਸੀਗੇ ਮੋਗੇ ਵਾਲੇ ਹੈ ਨਾ, ਤੇ ਉਹ ਜਿਹੜੇ ਫਨੀ ਵੀਡੀਓ ਬਣਾਉਂਦੇ ਹੁੰਦੇ ਨੇ, ਸੰਧੂ ਹੁਣੀ ਤੇ ਸੰਧੂ ਹੁਣੀ, ਹਾਂ, ਤੇ ਉਹ ਮਿਲੇ ਸੀਗੇ। ਮੈਂ ਪਹਿਲੀ ਵਾਰ ਟਰਾਈ ਕਰ ਰਿਹਾ ਸੀ, ਉਦੋਂ ਅਸੀਂ ਸਲੋਮੋ ਵੀਡੀਓ ਬਣਾਏ ਸੀ ਹੈ ਨਾ, ਤੇ ਉਹ ਵੀ ਮੈਂ ਇੱਕ ਪਾਸੇ ਲਾਦਾ ਮਸਾਂ ਇਹਨਾਂ ਨੂੰ, ਮਤਲਬ ਲਿਪਸਿੰਗ ਵੀਡੀਓਜ਼ ਇਹਨਾਂ ਨੇ ਸਟਾਰਟ ਕੀਤੀਆਂ ਹੈ ਨਾ, ਉਹ ਤੋਂ ਬਾਅਦ ਅਸੀਂ ਮਤਲਬ ਟਿਕਟੋਕ ਚਲਾਉਂਦੇ ਰਹੇ ਕਾਫੀ ਟਾਈਮ ਵਿਆਹ ਤੋਂ ਬਾਅਦ, ਬਟ ਇੱਕ ਟਾਈਮ ਆ ਸਾਡੀ ਇੱਕ ਵੀਡੀਓ ਵਾਇਰਲ ਹੋਈ ਜੋ ਅਸੀਂ ਮਤਲਬ ਆਪਣੇ ਉਹਦੇ 'ਚ ਵੋਇਸ 'ਚ ਬੋਲੇ ਸੀਗੇ ਹੈ ਨਾ, ਉਹ ਵੀਡੀਓ ਬਹੁਤ ਮਿਲੀਅਨ ਵਿਊ ਗਏ ਉਹਦੇ 'ਤੇ, ਉਹਨੂੰ ਟੋਟਲ ਜਦੋਂ ਟਿਕਟੋਕ ਬੰਦ ਹੋਣ ਵਾਲਾ ਸੀਗਾ 14 ਮਿਲੀਅਨ ਵਿਊ ਸੀ ਉਹ ਵੀਡੀਓ ਨੂੰ, ਉਸ ਵੀਡੀਓ ਕਰਕੇ ਹੀ ਸਾਡੀ ਇੰਨੀ ਜ਼ਿਆਦਾ ਫੈਮਿਲੀ ਵੱਡੀ ਹੋਈ, ਮਤਲਬ ਹੈ ਨਾ ਸਾਡੇ ਅਸੀਂ 4.5 ਲੱਖ ਹੋ ਤੇ ਮੇਰੇ ਸਾਡੇ ਇਹ ਹੋ ਗਏ ਸੀਗੇ, ਫੋਲੋ ਕਰ ਲਿਆ ਸੀਗਾ ਲੋਕਾਂ ਨੇ ਸਾਨੂੰ ਹੈ ਨਾ, ਤੁਸੀਂ ਵਿੱਚ ਸੀਗੇ ਵਿੱਚ ਅੱਧੇ। ਉਹ ਤੋਂ ਬਾਅਦ ਜਦੋਂ ਅਸੀਂ ਮਤਲਬ ਟਿਕਟੋਕ ਬੰਦ ਹੋ ਗਿਆ ਹੈ ਨਾ, ਉਹ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਜਿਹੜੇ ਵੀਡੀਓਜ਼ ਬਣਾਉਣ ਵਾਲੇ ਹੁੰਦੇ ਨੇ ਹੈ ਨਾ, ਦੇਖੋ ਯੂਟਿਊਬ ਸਟਾਰਟ ਕਰਨ ਦੇ ਸਾਡੇ ਕੋਲ ਸੀਗੇ 2 ਰੀਜ਼ਨ, ਇੱਕ ਤਾਂ ਇਨਕਮ, ਠੀਕ ਹੈ ਸਿੱਧੀ ਗੱਲ ਅਸੀਂ ਸੱਚ ਕਹਾਂਗੇ ਇਨਕਮ, ਤੇ ਦੂਜੀ ਸਾਡਾ ਸ਼ੌਕ, ਸ਼ੌਕ ਬਹੁਤ ਸੀਗਾ, ਬਹੁਤ ਸ਼ੌਕ ਸੀਗਾ ਸਾਨੂੰ ਵੀ, ਹਾਂ ਯਾਰ ਸਾਨੂੰ ਵੀ ਪਿਆਰ ਕਰਨ ਵਾਲੇ ਇੰਨੇ ਹੋਣ ਹੈ ਨਾ, ਸਾਨੂੰ ਵੀ ਕੋਈ ਜਾਣੇ ਹੈ ਨਾ। ਵੈਸੇ ਤੁਸੀਂ ਬਹੁਤ ਪਿਆਰ ਦਿੱਤਾ ਹੈ ਨਾ ਸਾਨੂੰ ਸ਼ੁਰੂ ਤੋਂ ਹੀ ਟਿਕਟੋਕ ਤੋਂ ਹੀ, ਅਸੀਂ ਤੁਹਾਨੂੰ ਸਹੀ ਗੱਲ ਦੱਸਦੇ ਟਿਕਟੋਕ 'ਤੇ ਪਹਿਲੀ ਵੀਡੀਓ ਪਾਈ ਸੀ ਨਾ ਰਾਤ ਨੂੰ, ਅਸੀਂ ਵੀ ਲੜਦਿਆਂ ਨੇ ਪਾਤੀ ਸੀ ਉਹੀ ਹੈ ਨਾ, ਮੈਂ ਜਿਵੇਂ ਮਨਾਉਣਾ ਹੁੰਦਾ ਲੱਭਦੀ ਨੂੰ ਉੱਦਾਂ ਦੀ ਵੀਡੀਓ ਪਾਈ ਸੀ ਰੋਟੀ ਖਾਂਦੇ ਹੋਏ, ਅਤੇ ਉਹ ਵੀਡੀਓ ਅਸੀਂ 45 ਗਏ ਸੀ ਉਦੋਂ ਆਪਣੇ ਹੈ ਨਾ, 45,000 ਫੋਲੋਅਰ ਸੀ ਉਦੋਂ, ਅਤੇ ਜਦੋਂ ਅਸੀਂ ਸਵੇਰੇ ਉੱਠੇ 1.5 ਲੱਖ, ਜਦੋਂ ਮਤਲਬ ਫੋਲੋਵਰਸ ਬਣਨੇ ਸ਼ੁਰੂ ਹੋਏ, ਵੱਧਦੇ ਗਏ, ਫਿਰ ਹਨੀ ਨੂੰ ਸ਼ੌਕ ਹੁੰਦਾ ਰਿਹਾ, ਫਿਰ ਲਿਪਸਿੰਗ ਵੀ ਕਰਨ ਲੱਗ ਗਏ, ਸਾਰਾ ਕੁਛ ਹੋ ਗਿਆ ਹੈ ਨਾ। ਫਿਰ ਉਹ ਤੋਂ ਬਾਅਦ ਜਦੋਂ ਟਿਕਟੋਕ ਬੰਦ ਹੋਇਆ, ਉਹ ਤੋਂ ਬਾਅਦ ਅਸੀਂ ਇੰਸਟਾਗ੍ਰਾਮ 'ਤੇ ਥੋੜ੍ਹੇ ਥੋੜ੍ਹੇ ਐਕਟਿਵ ਹੋਏ, ਥੋੜ੍ਹੇ ਥੋੜ੍ਹੇ ਸੀਗੇ ਮਤਲਬ, ਕਿਉਂਕਿ ਟਿਕਟੋਕ ਦਾ ਕਰੇਜ਼ ਅੱਡ ਸੀਗਾ, ਵੀਡੀਓਜ਼ ਅੱਡ ਹੀ ਬਣਦੀਆਂ ਸੀ, ਉਹ ਕਿਸੇ ਐਪ 'ਤੇ ਹੋਰ ਸਾਨੂੰ ਨਹੀਂ ਲੱਭ ਰਿਹਾ ਸੀਗਾ, ਡੇਲੀ 8 ਵੀਡੀਓ ਅਪਲੋਡ ਹੁੰਦੀਆਂ ਸੀ ਉਹਦੇ। ਉਹ ਤੋਂ ਬਾਅਦ ਫਿਰ ਇੰਸਟਾਗ੍ਰਾਮ ਤੋਂ ਬਾਅਦ ਹੌਲੀ ਹੌਲੀ ਅਸੀਂ ਯੂਟਿਊਬ ਬਾਰੇ ਸੋਚਿਆ, ਯੂਟਿਊਬ ਬਾਰੇ ਸੋਚਿਆ, ਸਾਨੂੰ 1-2 ਵੀਡੀਓਜ਼ ਅਸੀਂ ਪਾਈਆਂ, ਸਾਨੂੰ ਰਿਸਪੋਂਸ ਵਧੀਆ ਮਿਲਿਆ ਹੈ ਨਾ, ਬਸ ਫਿਰ ਅਸੀਂ ਯੂਟਿਊਬ ਚਲਾਉਣ ਲੱਗ ਗਏ। ਸਾਨੂੰ ਪਹਿਲਾਂ ਐਕਚੁਅਲੀ ਪਤਾ ਨਹੀਂ ਸੀਗਾ ਵੀ ਯੂਟਿਊਬ ਤੋਂ ਵੀ ਇਨਕਮ ਆਉਂਦੀ ਆ ਹੈ ਨਾ, ਪਹਿਲਾਂ ਨਹੀਂ ਪਤਾ ਸੀਗਾ ਸਾਨੂੰ ਵੀ, ਕਈ ਜਣੇ ਦੱਸਿਆ ਨਾ ਜਿਵੇਂ ਨੋਨ ਸੀਗੇ ਸਾਡੇ ਵੀ ਯੂਟਿਊਬ ਤੋਂ ਯਾਰ ਇਨਕਮ ਆਉਂਦੀ ਆ, ਪਹਿਲਾਂ ਵੀ ਸਾਨੂੰ ਟਿਕਟੋਕ ਟਾਈਮ ਵੀ ਬਹੁਤ ਵਾਰ ਦੱਸਿਆ ਨਾ ਲੋਕਾਂ ਨੇ, ਜਾਣ ਪਛਾਣ ਨਾਲ ਫਰੈਂਡ ਸਰਕਲ ਜੇ ਤੇ ਸ਼ੁਰੂ ਕਰੋ, ਪਰ ਅਸੀਂ ਸ਼ੁਰੂ ਨਹੀਂ ਕੀਤਾ, ਸਾਨੂੰ ਹੈ ਨਹੀਂ ਸੀ ਵੀਡੀਓ ਬਣਾਉਣ ਦਾ ਸ਼ੌਂਕ ਸੀਗਾ, ਸਾਨੂੰ ਟਿਕਟੋਕ ਤੇ ਬਸ ਸ਼ੌਂਕ ਸੀ, ਹਾਂ, ਉਦੋਂ ਬਾਅਦ ਯੂਟਿਊਬ ਤੇ ਪਤਾ ਇੰਨੀ ਵੱਡੀ ਫੈਮਿਲੀ, ਤੁਸੀਂ ਹੁਣ 34,000 ਹੋ ਚੁੱਕੇ ਨੇ ਯਾਰ, ਐਡੀ ਵੱਡੀ ਫੈਮਿਲੀ ਸਾਂਭਣੀ ਸਾਨੂੰ ਵਧੀਆ ਲੱਗਦਾ ਹੈ ਨਾ। ਬਾਕੀ ਸ਼ੌਂਕ ਬਹੁਤ ਆ ਸਾਨੂੰ ਵੀਡੀਓਜ਼ ਬਣਾਉਣ ਦਾ, ਤਾਂ ਕਰਕੇ ਵੀਡੀਓਜ਼ ਬਣਾਉਂਦੇ ਹਾਂ ਹੈ ਨਾ, ਪਤਾ ਨਹੀਂ ਵਿੱਚ ਜਿਵੇਂ ਅਸੀਂ ਮਤਲਬ ਵੀਡੀਓਜ਼ ਬਣਾਉਣੀਆਂ ਰੁਕ ਗਏ ਸੀਗੇ ਹੈ ਨਾ ਫੈਮਿਲੀ ਰੀਜ਼ਨ ਕਰਕੇ, ਉਹ ਤੋਂ ਬਾਅਦ ਸਾਡਾ ਅਕਾਊਂਟ ਮਤਲਬ ਕੀ ਸੀ, ਮਤਲਬ ਅਸੀਂ ਆਪ ਵੀਡੀਓਜ਼ ਨਹੀਂ ਪਾਵਾਂਗੇ ਤਾਂ ਲੋਕ ਕੀ ਸੋਚਣਗੇ ਹੈ ਨਾ, ਮਤਲਬ ਹੁੰਦਾ ਹੀ ਆ ਵੀ ਹਾਂ ਯਾਰ ਵੀਡੀਓਜ਼ ਤਾਂ ਪਾਉਂਦੇ ਨਹੀਂ, ਲੋਕ ਮੁੜਨ ਲੱਗ ਜਾਂਦੇ ਨੇ ਪਿੱਛੇ, ਸਾਡੇ ਨਾਲ ਉਹੀ ਗੱਲ ਹੋਈ।
ਹੁਣ ਸਾਡਾ ਥੋੜ੍ਹਾ ਥੋੜ੍ਹਾ ਬੈਕ ਔਨ ਟਰੈਕ ਆ ਰਿਹਾ ਕਿਉਂਕਿ ਹੁਣ ਅਸੀਂ ਰੈਗੂਲਰ ਹੋ ਰਹੇ ਹਾਂ। ਕਾਫੀ ਗੱਲਾਂ ਹੋ ਗਈਆਂ ਸੀਗੀਆਂ, ਬਸ ਅਸੀਂ ਰੈਗੂਲਰ ਨਹੀਂ ਹੋ ਪਾਏ ਸੀਗੇ, ਹੁਣ ਅਸੀਂ ਰੈਗੂਲਰ ਆ ਹਨਾ। ਹਾਂ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਹਨਾ, ਹੁਣ ਡੇਲੀ ਵੀਡੀਓ ਆਉਂਦੀਆਂ ਨੇ। ਠੀਕ ਆ, ਪਹਿਲਾਂ ਕਮੈਂਟ ਇਹੀ ਹੁੰਦੇ ਸੀਗੇ ਵਲੌਗ ਨਹੀਂ ਆ ਰਿਹਾ ਤੁਹਾਡਾ, ਡੇਲੀ ਵਲੌਗ ਨਹੀਂ ਆ ਰਿਹਾ, ਹੁਣ ਅਸੀਂ ਡੇਲੀ ਵਲੌਗ ਪਾਉਂਦੇ ਹਾਂ, ਚਾਹੇ ਜੋ ਮਰਜ਼ੀ ਹੋ ਜਾਏ ਤੁਹਾਨੂੰ ਵਲੌਗ ਦੇਣਾ ਹੀ ਦੇਣਾ। ਹੁਣ ਇਹ ਗੱਲ ਆ ਹਨਾ, ਮਤਲਬ ਕਈ ਹੁਣ ਵੀ ਸੋਚ ਰਹੇ ਹੋਣਗੇ ਵੀ ਅਸੀਂ ਇਕੱਲਾ ਯੂਟਿਊਬ ਹੀ ਕਰਦੇ ਹਾਂ ਹਨਾ, ਬਟ ਇਹ ਗੱਲ ਨਹੀਂ ਹੈਗੀ। ਆਪਾਂ ਇਹ ਗੱਲ ਸੱਚ ਕਹਿੰਦੇ ਹਾਂ ਵੀ ਹਾਂ, ਪਹਿਲਾਂ ਸਾਡੀ ਇਨਕਮ ਸੋਰਸ ਇਕੱਲਾ ਯੂਟਿਊਬ ਸੀਗਾ ਹਨਾ, ਯੂਟਿਊਬ ਸੀ, ਹੁਣ ਵੀ ਹੈਗਾ ਹਨਾ। ਹੁਣ ਅਸੀਂ ਨਾਲ ਦੀ ਨਾਲ ਤੁਹਾਨੂੰ ਦੱਸਿਆ ਹੀ ਆ ਹਨਾ, ਇੱਕ ਹੋਰ ਬਿਜ਼ਨਸ ਕਰ ਰਹੇ ਹਾਂ ਕਿਸੇ ਕੰਪਨੀ 'ਚ ਹਨਾ, ਉਹ ਵੀ ਸਾਡਾ ਹੁਣ ਨਾਲ ਦੀ ਨਾਲ ਬਿਜ਼ਨਸ ਚੱਲ ਰਿਹਾ, ਹੁਣ ਇਕੱਲਾ ਯੂਟਿਊਬ ਨਹੀਂ ਹੈਗਾ। ਸਹੀ ਗੱਲ, ਬਾਕੀ ਰੱਬ ਦੀ ਮਿਹਰ ਆ, ਹੁਣ ਬਾਕੀ ਸਭ ਕੁਛ ਵਧੀਆ, ਹੁਣ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਹਨਾ, ਕਦੇ ਕਦੇ ਆ ਵੀ ਜਾਂਦੀ ਆ, ਰੱਬ ਆਪੇ ਸਾਥ ਦਿੰਦਾ। ਸੋ ਜਿਹੜਾ ਦੂਜਾ ਕੰਮ ਆ ਸਾਡਾ ਉਹ ਵੀ ਮਤਲਬ ਬਹੁਤ ਵਧੀਆ ਚੱਲ ਰਿਹਾ, ਹਜੇ ਤਾਂ ਇਕੱਲੇ ਹਨੀ ਕਰਦੇ ਨੇ, ਮੈਂ ਵੀ ਨਾਲ ਨਾਲ ਸਟਾਰਟ ਕਰਤਾ ਹੁਣ। ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੈਂ ਇੱਕ ਹੋਰ ਚੈਨਲ ਵੀ ਸਟਾਰਟ ਕੀਤਾ ਹਨਾ, ਕਿਉਂਕਿ ਸਟਰਗਲ ਜ਼ਰੂਰੀ ਹੈ ਜੇ ਕੁਛ ਕਰਨਾ ਤਾਂ ਹਨਾ, ਕਿਉਂਕਿ ਸਾਨੂੰ ਇਸ ਚੀਜ਼ ਤੋਂ ਬਹੁਤ ਫਾਇਦਾ ਮਿਲਦਾ ਹਨਾ, ਜਿਵੇਂ ਸਾਡਾ ਸ਼ੌਂਕ ਵੀ ਆ ਇਹ ਹਨਾ, ਉਸੇ ਸ਼ੌਂਕ ਨੂੰ ਲੈ ਕੇ ਅੱਗੇ ਇਨਕਮ ਵੀ ਆ ਰਹੀ ਆ। ਸੋ ਵਧੀਆ ਲੱਗਦਾ ਵੀ ਹਾਂ ਅਸੀਂ ਹੋਰ ਅੱਗੇ ਮੋਟੀਵੇਟ ਹੁੰਦੇ ਆ ਵੀ ਕਰਦੇ ਰਹੀਏ ਇਹ ਕੰਮ ਹਨਾ। ਸ਼ੌਂਕ ਦੇ ਨਾਲ ਨਾਲ ਸਾਨੂੰ ਮਤਲਬ ਟਰੈਵਲਿੰਗ ਦਾ ਵੀ ਆ, ਘੁੰਮਣ ਫਿਰਨ ਦਾ ਵੀ ਆ, ਵਲੌਗਿੰਗ ਦੇ ਚੱਕਰ 'ਚ ਸਾਰਾ ਕੁਛ ਹੋਈ ਵੀ ਜਾਂਦਾ, ਘੁੰਮੀ ਫਿਰੀ ਵੀ ਜਾਂਦੇ ਹਾਂ ਹਨਾ, ਮਤਲਬ ਵੀਡੀਓ ਵੀ ਬਣਾਈ ਜਾਂਦੇ ਹਾਂ, ਸਾਰਾ ਕੁਛ ਮਤਲਬ ਸ਼ੌਂਕ ਵੀ ਪੂਰੇ ਹੋ ਰਹੇ ਨੇ ਸਾਡੇ ਵਲੌਗਿੰਗ ਦੇ ਨਾਲ। ਇਹ ਨਹੀਂ ਕਹਿ ਸਕਦੇ ਹੁਣ ਵੀ ਹਾਂ ਅਸੀਂ ਯੂਟਿਊਬ ਤੋਂ ਹੀ ਸਾਰੀ ਇਨਕਮ ਲੈ ਰਹੇ ਹਾਂ ਹਨਾ, ਮਤਲਬ ਯੂਟਿਊਬ ਤੋਂ ਸਾਡੀ ਇੰਨੀ ਕੁ ਇਨਕਮ ਆਉਂਦੀ ਆ ਵੀ ਹਾਂ ਅਸੀਂ ਸੈਟਿਸਫਾਈ ਹੈਗੇ ਹਾਂ ਥੋੜ੍ਹੇ ਬਹੁਤੇ ਹਨਾ, ਬਟ ਇੰਨੀ ਵੀ ਨਹੀਂ ਆਉਣ ਲੱਗੀ ਵੀ ਅਸੀਂ ਫੁੱਲੀ ਸੈਟਿਸਫਾਈ ਹੋ ਜਾਈਏ ਹਨਾ, ਜਿੰਨਾ ਕੁ ਆਉਂਦਾ ਬਸ ਉਨਾ ਕੁ ਸਹੀ ਆ, ਬਾਕੀ ਸਾਡਾ ਦੂਜਾ ਕੰਮ ਚੱਲ ਹੀ ਰਿਹਾ। ਤੇ ਬਾਕੀ ਤੁਸੀਂ ਸਾਨੂੰ ਪਿਆਰ ਕਰਦੇ ਹੋ, ਐਵੇਂ ਪਿਆਰ ਕਰਦੇ ਰਹੋ ਤੇ ਅਸੀਂ ਵੀ ਜਲਦੀ ਜਲਦੀ ਬੈਕ ਔਨ ਟਰੈਕ ਹੋਈਏ। ਮਤਲਬ ਅਸੀਂ ਪਹਿਲਾਂ ਇੱਥੇ ਸੀ, ਫਿਰ ਇੱਥੇ ਆ ਗਏ ਹਨਾ, ਵੀਡੀਓ ਨਾ ਪਾਉਣ ਕਰਕੇ, ਕਿਉਂਕਿ ਸਾਰਿਆਂ ਨੇ ਪਿੱਛੇ ਹਟ ਗਏ, ਹੁਣ ਇੱਥੋਂ ਅਸੀਂ ਫਿਰ ਹੌਲੀ 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 ਉੱਤੇ ਜਾ ਰਹੇ ਹਾਂ। ਹੋਰ ਵੀ ਬਹੁਤ ਕੁਛ ਸੋਚ ਰਹੇ ਹਾਂ ਕਰਨ ਬਾਰੇ, ਤੇ ਤੁਹਾਡੇ ਸਾਰਿਆਂ ਜਿਹੜਿਆਂ ਦਾ ਇੱਕ ਸੁਜੈਸ਼ਨ ਚਾਹੀਦਾ ਸੀਗਾ। ਅਸੀਂ ਇੱਕ ਟੀਮ ਤਿਆਰ ਕਰ ਰਹੇ ਹਾਂ ਹਨਾ ਵੀਡੀਓਜ਼ ਲਈ, ਜਿਵੇਂ ਕੰਟੈਂਟ ਵੀਡੀਓਜ਼ ਹੁੰਦੀਆਂ ਨੇ, ਸਟੋਰੀ ਟਾਈਪ ਵੀਡੀਓਜ਼ ਹੁੰਦੀਆਂ ਨੇ ਹਨਾ, ਫੈਮਿਲੀ ਰਿਲੇਟਡ ਜਾਂ ਕੁਛ ਵੀ ਹਨਾ। ਸੋ ਅਸੀਂ ਇੱਕ ਚੈਨਲ ਕ੍ਰੀਏਟ ਕਰਨ ਲੱਗੇ ਹਾਂ, ਤੁਸੀਂ ਸਾਰੇ ਜਣੇ ਦੱਸਿਓ ਵੀ ਕਰੀਏ ਜਾਂ ਨਾ ਕਰੀਏ ਹਨਾ। ਉਹ 'ਤੇ ਕੀ ਹੋਊਗਾ, ਮਤਲਬ ਰੀਅਲ ਲਾਈਫ ਬੇਸ ਸਟੋਰੀਜ਼ ਹੋਣਗੀਆਂ, ਮਤਲਬ ਜੋ ਫੈਮਿਲੀਜ਼ ਅੱਜ ਕੱਲ੍ਹ ਚੱਲ ਰਿਹਾ ਹਨਾ, ਜਾਂ ਕੁਛ ਵੀ ਆ ਅੱਜ ਕੱਲ੍ਹ ਦੀ ਕੀ ਪ੍ਰੋਬਲਮਸ ਆਉਂਦੀਆਂ ਨੇ ਹਨਾ। ਕਾਫੀ ਜਿਹੜੇ ਤੋਂ ਮੋਟੀਵੇਟ ਹੋ ਕੇ ਅਸੀਂ ਆਹ ਕੰਮ ਸ਼ੁਰੂ ਕਰਨ ਲੱਗੇ ਹਾਂ ਹੁਣ, ਵਾਹਿਗੁਰੂ ਮਿਹਰ ਕਰੇ, ਤੇ ਜਿਹਦੇ 'ਚ ਸਾਡੇ ਆਪਣੇ ਲਾਈਫ ਐਕਸਪੀਰੀਅੰਸ ਵੀ ਵਿੱਚ ਵਿੱਚ ਆਉਣਗੇ ਉਸ ਵੀਡੀਓ 'ਚ ਹਨਾ। ਬਾਕੀ ਹੋਰ ਮਤਲਬ ਜਿਹੜੇ ਸਾਡੇ ਵੱਡੇ ਨੇ ਉਹਨਾਂ ਤੋਂ ਨੌਲੇਜ ਗੇਨ ਕਰਕੇ ਹਨਾ, ਕੀ ਪ੍ਰੋਬਲਮਸ ਆ, ਕੁਛ ਵੀ ਆ, ਫਨੀ ਵੀਡੀਓਜ਼ ਵੀ ਹੋਣਗੀਆਂ, ਸੀਰੀਅਸ ਫੈਮਿਲੀ ਵੀਡੀਓਜ਼ ਵੀ ਹੋਣਗੀਆਂ, ਬਾਕੀ ਜਿਹੋ ਜਿਹੀ ਤੁਸੀਂ ਡਿਮਾਂਡ ਕਰੋਗੇ ਉਹ ਇੱਕ ਜਾਂ ਦੋ ਦਿਨਾਂ ਤੱਕ ਚੈਨਲ ਕ੍ਰੀਏਟ ਕਰ ਲਾਂਗੇ, ਤੁਹਾਨੂੰ ਲਿੰਕ ਦੇ ਦਾਂਗੇ। ਬਾਕੀ ਸਬਸਕ੍ਰਾਈਬ ਕਰਨਾ ਤੁਹਾਡੀ ਜ਼ਿੰਮੇਵਾਰੀ, ਦੇ ਵੀਡੀਓਜ਼ ਵਧੀਆ ਲੱਗਣ ਦਾ ਤੇ ਸਪੋਰਟ ਵੀ ਕਰਨੀ ਹੈ ਹਨਾ ਚੈਨਲ ਨੂੰ, ਤੇ ਦੱਬ ਕੇ ਸਬਸਕ੍ਰਾਈਬ ਤਾਂ ਕਰੇ ਦੇਣਾ ਤੁਸੀਂ, ਸਾਨੂੰ ਪਤਾ ਹੀ ਹੈ, ਮਿਹਨਤ ਅਸੀਂ ਪੂਰੀ ਕਰਾਂਗੇ ਆਪਣੇ ਬੰਨਿਓ ਹਨਾ। ਦੂਜੇ ਚੈਨਲ ਤੇ ਮੇਰੇ ਉਹ ਤੇ ਵੀ ਮੈਂ ਫੁੱਲ ਮਿਹਨਤ ਕਰੂੰਗੀ ਹੁਣ ਹਨਾ, ਰੈਗੂਲਰ ਹੋ ਰਹੀ ਹਾਂ, ਕਿਉਂਕਿ ਉਹ ਤੇ ਵੀ ਕਾਫੀ ਮੈਨੂੰ ਕਮੈਂਟ ਆਏ ਵੀ ਡੇਲੀ ਵੀਡੀਓ ਸ਼ੁਰੂ ਕਰੋ ਹਨਾ। ਹਜੇ ਪੋਸੀਬਲ ਨਹੀਂ ਹੈਗਾ ਡੇਲੀ, ਇੱਕ ਦਿਨ ਛੱਡ ਕੇ ਜਾਂ ਦੋ ਦਿਨ ਛੱਡ ਕੇ, ਮੈਂ ਹੁਣ ਕੋਸ਼ਿਸ਼ ਕਰੂੰਗੀ ਵੀ ਹਾਂ ਹੁਣ ਮੈਂ ਉਹ ਤੇ ਵੀ ਵੀਡੀਓ ਅਪਲੋਡ ਕਰ ਦਿਆ ਕਰਾਂ। ਇਸ ਚੈਨਲ ਤੇ ਤਾਂ ਡੇਲੀ ਚੱਲਣਗੇ ਹੀ ਚੱਲਣਗੇ ਹਨਾ, ਬਾਕੀ ਜਿਹੜਾ ਤੀਜਾ ਚੈਨਲ ਅਸੀਂ ਕ੍ਰੀਏਟ ਕਰਨਾ ਆ ਉਹ ਦੇਖਦੇ ਹਾਂ ਜਦੋਂ ਹੋ ਗਿਆ, ਉਹ ਤੋਂ ਬਾਅਦ ਫਸਟ ਵੀਡੀਓ ਬਣਾ ਕੇ ਜਿਹੋ ਜਿਹਾ ਰਿਸਪੋਂਸ ਆਊਗਾ ਫਿਰ ਉਹਦੇ ਅਕੋਰਡਿੰਗ ਅਸੀਂ ਕਰਾਂਗੇ। ਇੱਕ ਅਪਡੇਟ ਤੁਹਾਨੂੰ ਪਹਿਲਾਂ ਜ਼ਰੂਰ ਦੇ ਦਾਂਗੇ ਵੀ ਸਾਡਾ ਚੈਨਲ ਬਣ ਗਿਆ, ਠੀਕ ਆ। ਸਬਸਕ੍ਰਾਈਬ ਤੁਸੀਂ ਦੱਬ ਕੇ ਕਰ ਦੇਣਾ, ਬਾਕੀ ਲਵਪ੍ਰੀਤ ਵਾਲੀ ਨੂੰ ਵੀ ਕਰਦੇ ਹੋ ਪ੍ਰੀਤ ਵਲੌਗ, ਜਿਹੜੇ ਜਿਹੜੇ ਚਾਹੁੰਦੇ ਨੇ ਅਸੀਂ ਐਵੇਂ ਦਾ ਚੈਨਲ ਬਣਾਈਏ, ਥੋੜਾ ਸਟੋਰੀ ਬੇਸਡ ਵੀਡੀਓਜ਼ ਪਾਇਆ ਕਰੀਏ ਹਨਾ, ਤਾਂ ਕਮੈਂਟ ਡਾਊਨ ਪਲੀਜ਼ ਜ਼ਰੂਰ ਕਰਿਓ। ਤੇ ਬਾਕੀ ਮਿਲਦੇ ਆ ਹੁਣ ਨੈਕਸਟ ਵੀਡੀਓ 'ਚ। ਹੁਣ ਤੁਹਾਨੂੰ ਦੱਸਤਾ ਸੀ ਯੂਟਿਊਬ ਕਿਉਂ ਸਟਾਰਟ ਕੀਤੀ ਸੀ, ਕਾਹਦੇ ਲਈ ਸਟਾਰਟ ਕੀਤੀ ਸੀਗੀ, ਤੇ ਹੁਣ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਆਪਾਂ। ਬਾਕੀ ਅਸੀਂ ਹਲੇ ਪੈਕਿੰਗ ਵੀ ਕਰਨੀ ਆ, ਕਿਉਂ ਕਰਨੀ ਆ ਤੁਹਾਨੂੰ ਅਗਲੀ ਵੀਡੀਓ ਦੇਖਿਓ। ਤੇ ਚੰਗਾ ਜੀ, ਜਾਉਂਦੇ ਵਸਦੇ ਰਹੋ, ਜਿੱਥੇ ਰਹੋ ਸੇਫ ਰਹੋ, ਧਿਆਨ ਰੱਖੋ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ, ਤੇ ਬਾਕੀ ਇੱਕ ਕਮੈਂਟ ਆਇਆ ਸੀ ਵੀ ਗੱਲਾਂ ਕਰਦੇ ਹੋ ਤੁਸੀਂ, ਚੰਗਾ ਲੱਗਦਾ, ਫਿਰ ਅਸੀਂ ਉਹ ਗੱਲਾਂ ਹੀ ਕਰਿਆ ਕਰਾਂਗੇ ਜ਼ਿਆਦਾਤਰ ਹਨਾ। ਮਿਲਦੇ ਆ ਫਿਰ ਤੁਹਾਨੂੰ ਨੈਕਸਟ ਵੀਡੀਓ 'ਚ, ਬਾਏ ਬਾਏ। ਲਿੰਕ ਡਿਸਕ੍ਰਿਪਸ਼ਨ 'ਚ ਆ ਇੰਸਟਾਗ੍ਰਾਮ ਦਾ ਵੀ, ਦੂਜੇ ਚੈਨਲ ਦਾ ਵੀ, ਸਬਸਕ੍ਰਾਈਬ ਜਿਨ੍ਹਾਂ ਨੇ ਇੰਸਟਾਗ੍ਰਾਮ ਨੂੰ ਫੋਲੋ ਨਹੀਂ ਕੀਤਾ ਯਾਰ, ਜਲਦੀ ਜਲਦੀ ਜਾ ਕੇ ਫੋਲੋ ਕਰ ਲਿਓ ਮਾਨ ਕਪਲ।
ठीक है, नहीं पता लग रहा डिस्क्रिप्शन च लिंक है, उसे क्लिक करके फॉलो कर लो जिन्हें हाल तक नहीं किया। मिलते हैं, बाय।